चार फ्लैट बॉम्बे रखी फिर अजे पंजाबन इन्होंने जो पूरा पिंड लिया हुआ मेरे तो लोन ही चलते हैं पंजाब च भी बॉम्बे भी। अगला सवाल मैं अपने सुरभी ने जहर खा लेना मैं तो सब चलो सत श्री अकाल जी टाइम टाइम की गल विच तुहाडा सारयां दा स्वागत है ते अज साडे शो दे विच पहुंचे ने जी तीन खिडारी एक दूसरे दे खिलाफ लड़न दे लई सो प्लीज वेलकम साडे इन्हां खिडारियां नूं बुलाउने आ गुरनाम भुल्लर करतार चीमा एंड सुरभी ज्योति ताड़ियां की हाल चाल ने तुहाडे सारयां दे बहुत वधिया थोड़ी ठंड ज्यादा होगी बस ओह बर्दाश्त कर लो चार रूल ने पहला रूल जवाब देने लई बजर दबना जरूरी है दूसरा रूल है कि जिहड़ा पहला बजर दबेगा पहला जवाब देने का मौका भी उन्हें दिता जाएगा ठीक है जी तीसरा रूल है सिर्फ दो ही मौके दिए जाएंगे पहला मौका जो पहला बजर दबेगा दूसरा मौका जो सैकेंड से बजर दबेगा थर्ड चांस नहीं है किसी का ठीक है चौथा ते लास्ट रूल मेरा सवाल खत्म होने तो पहला जे किसी ने भी एक्साइटमेंट चाहे बजर दबता मतलब तुम उस सवाल चो आउट हो चार नाल दबता जी हाँ चार नाल दबता एक्साइटमेंट मीन चार यस ठीक है हर सही जवाब से पॉइंट्स मिलेंगे कोई चीटिंग नहीं हो सकती कोई आसार नहीं है चीटिंग ठीक है ते तुहाडा पहला सवाल ए रहा एना विचो किसका मतलब है उबाल कढ़ना उबाल कढ़ना बोलिया मैं सही दबिया बस सही सी मेरा सही तुहाडा सवाल खत्म हो पहला एना दा फिर सवाल खत्म हो गया हां जी एना विचो किसका मतलब है उबाल कढ़ना ते क्वेश्चन पूरा थोड़ी होया हले ऑप्शन तुसी देने नहीं ऑप्शन दी वेट कर सकते हो ऑप्शन तो सवाल बोला सॉरी मेनू पता नहीं सी दोबारा शुरू करिया मेनू इदा लगा तुसी पूरा ऑप्शन दोगे फिर बजर दबना नहीं नहीं पूरा सवाल सुनना है ऑप्शन में बाद चो भी दस सकती हूं सब तो पहला बसर उन्होंने दबिया ना दिमा मेरा सवाल खत्म होंगे फिर सैकंड वारी है बहुत हसना धोखा देना या गुस्सा कढ़ना बिल्कुल सही जवाब पांच पॉइंट्स चीटिंग हाँ, है यार बहुत हसना भी बाल कटना ही है हां जी इतना चिर होगा कॉमेडी सुनी गए सनी बाहर जाके बाल कट के होना हंस के होना नहीं उबाल कटना उबाल कटना दा मतलब बाल भी नहीं हंस के ना गुस्से वाला लड़ो
ਅਸੀਂ ਨਹੀਂ ਲੜ ਰਹੇ ਹਲੇ ਇਹ ਪਹਿਲਾ ਸਵਾਲ ਹੈ ਹਲੇ ਅੱਗੇ ਹੋਰ ਬਥੇਰੇ ਹੋਣੇ ਬੜੀ ਗੇਮ ਪਈ ਆ ਪੁਆਇੰਟਸ ਕਿੰਨੇ ਮਿਲਦੇ 5 ਪੁਆਇੰਟਸ ਓ ਠੀਕ ਹੈ ਅਜੇ ਬਹੁਤ ਓਕੇ ਡਨ ਡਨ ਹੁਣ ਤੁਸੀਂ ਤੁਹਾਡੇ ਨਾਲ ਆ ਤੁਸੀਂ ਜਿਤਾਉਂਗਾ ਚਲੋ ਹਾਂ ਠੀਕ ਹੈ ਹੁਣ ਅਗਲਾ ਸਵਾਲ ਹਾਂ ਇੰਗਲਿਸ਼ ਅਲਫਾਬੈਟ ਦਾ 9th ਲੈਟਰ ਕਿਹੜਾ ਹੈ ਮੈਂ ਲੱਪਿਆ ਪਹਿਲਾਂ ਚੈੱਕ ਕਰ ਲਓ ਕਿੰਨਾ ਨੇ ਦੱਬਿਆ ਨੋ ਮੈਂ ਦੱਬਿਆ ਯਾਰ ਉਹਨਾਂ ਨੇ ਬਜ਼ਰ ਦੱਬਿਆ ਪਹਿਲਾਂ ਜਵਾਬ ਦੇਣ ਦਾ ਮੌਕਾ ਵੀ ਉਹਨਾਂ ਨੂੰ ਮਿਲੂਗਾ ਤੇ ਤੁਹਾਡੇ ਆਪਸ਼ਨਸ ਨੇ ਐਚ ਆਈ ਜਾਂ ਜੇ ਆਈ ਬਿਲਕੁਲ ਸਹੀ ਜਵਾਬ ਤੇ 5 ਪੁਆਇੰਟ ਇਹ ਤਾਂ ਇੰਨੇ ਤੇ ਉਂਗਲਾਂ ਤੇ ਗਿਣ ਲੈਂਦਾ ਬੰਦਾ ਕਿਹਦਾ ਸਵਾਲ ਹੋਇਆ ਬਈ ਉਹਨਾਂ ਨੇ ਫਿਰ ਨਹੀਂ ਤੁਸੀਂ ਜਵਾਬ ਦੇ ਦਿੰਦੇ ਉਹਨਾਂ ਨੂੰ ਉਂਗਲਾਂ ਤੇ ਗਿਣਦਾ ਮੈਂ ਰੌਂਡੀ ਨਹੀਂ ਪਰਿਆ ਮੈਂ ਲੌਜੀਕ ਆ ਜਿੰਨਾ ਚਿਰ ਹੋਇਆ ਤੁਹਾਨੂੰ ਗਿਣਦਿਆਂ ਨੂੰ ਉਹ 1 2 ਯਾਰ ਬਜ਼ਰ ਦੀ ਨਾ ਵੀਡੀਓ ਬਣਾਓ ਇਹ ਤਾਂ ਮੈਨੂੰ ਵੀ ਪਤਾ ਲੱਗਿਆ ਸੀ ਪਰ ਦਿੱਤਾ ਨਹੀਂ ਜਵਾਬ ਉਹਨਾਂ ਨੇ ਗੈਪ ਜ਼ਿਆਦਾ ਪਾਤਾ ਨਾ ਉਹਨਾਂ ਇਹ ਤਾਂ ਬਜ਼ਰ ਦਵਾ ਕੇ ਇਹਨਾਂ ਦੇ ਬੈਂ ਨਹੀਂ ਤਾਂ ਗਿਣ ਲੈਂਦਾ ਪਰ ਸਭ ਨੇ ਕੀ ਯਾਰ ਉਹ ਤਾਂ ਹਮੇਸ਼ਾ ਹੀ ਫਾਸਟ ਆਊਗੀ ਨਹੀਂ ਜੀ ਨਹੀਂ ਕਿਉਂ ਮੈਂ ਚਲੋ ਕੋਈ ਨਹੀਂ ਬਜ਼ਰ ਦੱਬੇ ਤੇ ਹੀ ਲਾਈਟ ਜਗੂਗੀ ਚਲੋ ਠੀਕ ਹੈ ਉਹਨਾਂ ਦਾ ਬਜ਼ਰ ਆਲਰੇਡੀ ਬਹੁਤ ਕਲੋਜ਼ ਆ ਤੁਹਾਡੀ ਨਜ਼ਰ ਮੇਰੇ ਬਜ਼ਰ ਤੇ ਅਗਲਾ ਚਲੋ ਅਗਲਾ ਕੀ ਕਰ ਰਹੇ ਹੋ ਗੇਮ ਹੈ ਗੇਮ ਚਲੋ ਹਾਂਜੀ 5.5.0 ਹਾਂਜੀ ਅਗਲਾ ਸਵਾਲ ਹਾਂ 0 ਤੇ ਜ਼ਿਆਦਾ ਸਟ੍ਰੈਸ ਨਹੀਂ ਹੁੰਦਾ ਮੈਂ ਸ਼ੋਰ ਕਰ ਰਹੀ ਸੀ ਕਿੰਨੇ ਕਿੰਨੇ ਅਗਲਾ ਸਵਾਲ ਹਾਂ ਪੀਰੀਓਡਿਕ ਟੇਬਲ 'ਚ ਟੋਟਲ ਕਿੰਨੇ ਕੈਮੀਕਲ ਐਲੀਮੈਂਟਸ ਹੁੰਦੇ ਨੇ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਪਤਾ ਤਾਂ ਵੈਸੇ ਤਾਂ ਪਤਾ ਯਾਰ ਤੁਹਾਡੇ ਆਪਸ਼ਨਸ ਨੇ ਤੁਸੀਂ ਇੱਕ ਕੱਲੀ ਜਵਾਬ ਦਿਓ ਫਿਰ ਹਾਂ 113 ਐਲੀਮੈਂਟਸ 116 ਜਾਂ 118 ਤੁਹਾਨੂੰ ਕਿਹੜੇ ਕਿੰਨੇ ਲੱਗਦੇ ਦੱਸੋ 116 ਗਲਤ ਜਵਾਬ ਕਿਸੇ ਨੇ ਤਾਂ ਗਲਤ ਦੇਣਾ ਸੀ ਨਾ ਹੁਣ ਮੈਂ ਨੱਪਿਆ ਹੁਣ ਮੈਂ ਦੇਸਾ ਹਾਂਜੀ ਆ ਚੀਟੀ ਹੈ ਆ ਚੀਟੀ ਹੈ ਐ ਨਹੀਂ ਹੋ ਸਕਦਾ ਤੁੱਕਾ ਹੀ ਹੈ 50-50 ਚਾਂਸਸ ਨੇ ਹਾਂ ਕਿਹੜਾ ਆਪਸ਼ਨ ਕਿਹੜੀਆਂ ਰਹਿ ਗਈਆਂ 113 ਤੇ 118 ਮੈਨੂੰ 118 ਦੇ ਆਇਆ ਸੀ ਦੂਰੋਂ 118 ਗਲਤ ਲੈ ਗਏ ਪੁਆਇੰਟਸ 5 ਪੁਆਇੰਟਸ ਇਹਨੂੰ ਲਿਪ ਰੀਡਿੰਗ ਵਧੀਆ ਹੁੰਦੀ ਹੈ ਕਿੰਨੇ ਪੁਆਇੰਟਸ 5 ਓਕੇ ਟੋਟਲ 10 ਹੋ ਗਏ ਚਲੋ ਚਲੋ ਕੀ ਬਾਤ ਇਹਨਾਂ ਦੇ 10 ਪੁਆਇੰਟਸ ਹੋ ਗਏ ਜੇ ਤਾਂ ਇੰਨੀ ਬਜ਼ੇਰ ਬਾਤ ਬਜ਼ਰ ਦੱਬਿਆ ਬੰਦਾ ਐ ਥੋੜੀ ਹੁੰਦਾ ਨਾਲ ਦੀ ਨਾਲ ਦੱਬੋ ਪਰ ਸੈਕਿੰਡ ਤੇ ਤਾਂ ਮੈਂ ਹੀ ਨੱਪਿਆ ਨਾ ਆਪਣਾ ਰੂਲ ਆਵੇ ਸਿਰਫ ਹਾਂ ਦੋ ਮੌਕੇ ਦਿੱਤੇ ਜਾਣਗੇ ਤਾਂ ਸੈਕਿੰਡ ਮੌਕਾ ਉਹਨਾਂ ਦਾ ਕਾਊਂਟ ਹੋ ਸਮਝ ਆ ਗਈ ਸੀ ਨਹੀਂ ਮੈਨੂੰ ਲੱਗਿਆ ਇੱਕ ਤਾਂ ਗਲਤ ਹੋ ਗਈ ਜੇ ਹੁਣ ਤਾਂ 50-50 ਆ ਦੋਨਾਂ ਚ ਇੱਕ ਤਾਂ ਹੋਊਗਾ ਹੀ ਚਲੋ ਸਮਾਰਟ ਪਲੇ ਕਰ ਰਹੇ ਨੇ ਹਾਂਜੀ ਤੇ ਅਗਲਾ ਸਵਾਲ ਇਹਨਾਂ ਚੋਂ ਕਿਹੜੇ ਬੈਂਕ ਨੇ ਇੰਡੀਆ 'ਚ ਫਸਟ ਏਟੀਐਮ ਇੰਟਰੋਡਿਊਸ ਕੀਤਾ ਸੀ ਸਭ ਤੋਂ ਪਹਿਲਾਂ ਜਿਵੇਂ ਕਿ ਉਹਨਾਂ ਨੇ ਬਜ਼ਰ ਦੱਬਿਆ ਫਿਰ ਤੁਸੀਂ ਆਪਸ਼ਨਸ ਲਓ ਹਾਂਜੀ ਤੁਹਾਡੇ ਆਪਸ਼ਨਸ ਨੇ ਪੀਐਨਬੀ ਐਸਬੀਆਈ ਜਾਂ ਐਚਐਸਬੀਸੀ ਸਟੇਟ ਬੈਂਕ ਆਫ ਇੰਡੀਆ ਗਲਤ ਜਵਾਬ ਹਾਂਜੀ ਯਾਰ ਆ ਮੈਨੂੰ ਪਤਾ ਸੀ ਪਤਾ ਐਚਐਸਬੀਸੀ ਕਿਹੜਾ ਸੀ ਹਾਂਜੀ ਉਹਨੇ ਪੱਕਾ ਸ਼ੋਰ ਹਾਂ ਮੈਂ ਸਹੀ ਜਵਾਬ ਹੈ ਵੈਰੀ ਗੁੱਡ ਓ ਸ਼ੁਕਰ ਹੈ ਰੱਬਾ ਕੀ ਬਾਤ ਮੇਰੇ ਸਿਰਫ ਨੇ ਕਿਹੜਾ ਸੀ ਐਨੇ ਐਨੇ ਤੇ 0 5 0 ਤੇ ਜ਼ਿਆਦਾ ਸੀ ਤਾਂ ਸੀ ਏਟੀਐਮ ਪਹਿਲਾਂ ਇਹ ਸੀਗਾ ਹਾਂਗਕਾਂਗ ਐਂਡ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਇੰਡੀਆ ਚ ਹਾਂਜੀ ਬੰਬੇ ਚ ਖੋਲਿਆ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਏਟੀਐਮ 1987 ਕਿਉਂਕਿ ਮੈਨੂੰ ਪਤਾ ਹੈ ਬਾਹਰ ਜਾਣ ਲਈ ਸਿਰਫ ਇਹਨਾਂ ਦਾ ਏਟੀਐਮ ਹੀ ਲੈਣਾ ਪੈਂਦਾ ਸੀ ਪਹਿਲਾਂ 2012 ਦੇ ਵਿੱਚ ਲਿਆ ਓ 1987 ਚ ਖੋਲਿਆ ਸੀ ਇਹ ਸਲਮ ਡੌਗ ਮਿਲੀਨੀਅਰ ਵਾਲਾ ਸਵਾਲ ਹੋ ਗਿਆ ਕਿ ਉਦੋਂ ਕੀ ਹੋਇਆ ਸੀ ਅੱਛਾ ਹੋਇਆ ਸੀ ਯਾਰ ਹਾਂ ਬਹੁਤ ਔਖੇ ਸਵਾਲ ਹੈ ਬਟ ਇਹ ਸੌਖੇ ਪੁੱਛੋ ਨਾ ਪੰਜਾਬੀ ਨਾਲ ਰਿਲੇਟਡ ਪੁੱਛੋ ਏਟੀਐਮ ਤੋਂ ਲੈਣਾ ਕੀ ਹੈ ਕਿ ਹਾਂ ਹੁਣ ਬਾਕੀ ਸਾਰੇ ਪੰਜਾਬੀਆਂ ਲਈ ਨੇ ਓਕੇ ਦਾ ਚਲੋ ਸਾਰੇ ਨੂੰ ਆਪਾਂ ਬਰਾਬਰੀ ਵਾਲਾ ਹੋ ਜਾਵਾਂਗੇ ਓਕੇ ਉਹਨਾਂ ਨੇ ਪਤਾ ਕਿਉਂ ਆਇਆ ਸੁਣਦਾ ਨਾ ਸਵਾਲ ਚੂਕ ਕੀਤਾ ਇਹਨਾਂ ਸੁਣਦਾ ਕਿਉਂਕਿ ਤੁਸੀਂ ਬੰਬੇ ਤੋਂ ਆਏ ਹੋ ਤੁਹਾਨੂੰ ਘੱਟ ਵੀ ਉਹ ਸਾਰਿਆਂ ਦੇ ਹਿਸਾਬ ਨਾਲ ਚੂਜ਼ ਕਰਦੇ ਲੈਵਲ ਕਰਕੇ ਕੋਈ ਤੇ ਸਰ ਨੂੰ ਤੇ ਫਿਰ ਤੁਸੀਂ ਸਾਰੇ ਇਕੱਲੇ ਪੰਜਾਬੀ ਵਾਲੇ ਕਰ ਦਿੰਦੇ ਇੱਕ ਮਿੰਟ ਸਰ ਦਾ ਨੈਕਸਟ ਟੂਰ ਕਿੱਥੇ ਯੂਰਪ ਜਾ ਰਿਹਾ ਹੈ ਫਿਰ ਸੁਰਬੀ ਦੀ ਗੱਲ ਠੀਕ ਹੈ ਮੈਂ ਕਰਤਾਰ ਤੋਂ ਸਰ ਨਹੀਂ ਨਹੀਂ ਬੰਦਾ ਮੈਂ ਸਭ ਤੋਂ ਚੁੱਟਾ ਤੂੰ ਸਭ ਤੋਂ ਨਹੀਂ ਵੀਰੇ ਜੇ ਉਹ ਇਕੱਲੇ ਪੰਜਾਬੀ ਵਾਲੇ ਕਰ ਦੇਣ ਫਿਰ ਉਹ ਐ ਲੱਗਣਾ ਸੀ ਵੀ ਸਾਡੇ ਆ ਪਾਰਸ਼ੈਲਿਟੀ ਹੋ ਗਈ ਨਹੀਂ ਮੈਂ ਵੀ ਪੰਜਾਬਣੀ ਆ ਹਾਂ ਵੀ ਤੁਹਾਨੂੰ ਉਹਨਾਂ ਜ਼ਿਆਦਾ ਨਹੀਂ ਗੱਲ ਪੰਜਾਬੀ ਮੈਂ ਚੁੱਭਦੀ ਕਿਵੇਂ ਜਦੋਂ ਇਹਨੂੰ ਪੰਜਾਬਣ ਨਹੀਂ ਕਹਿੰਦੇ ਕਿਉਂ ਮੈਨੂੰ ਲੱਗਦਾ ਕਿ ਮੈਂ ਪੰਜਾਬੀ ਹੀ ਚਾਰ ਫਲੈਟ ਬੰਬੇ ਰੱਖੀ ਫਿਰਦੀ ਅਜੇ ਪੰਜਾਬਣ ਇਹ ਇਹਨਾਂ ਨੇ ਜਿਹੜਾ ਪੂਰਾ ਪਿੰਡ ਲਿਆ ਹੋਇਆ ਉਹਦਾ ਕੀ ਹੈ ਨਾ ਯਾਰ ਅਸੀਂ ਤਾਂ ਬਾਈਕ ਚਲਾਏ ਨੇ ਫਲੈਟ ਦੇ ਦੇ ਮੇਰੇ ਤਾਂ ਲੋਨ ਹੀ ਚੱਲਦੇ ਆ ਪੰਜਾਬ 'ਚ ਵੀ ਤੇ ਬੰਬੇ ਵੀ ਚਲੋ 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 ਹੁਣ ਗੱਲਾਂ ਤੇ ਬ੍ਰੇਕ ਲਾ ਕੇ ਅਗਲੇ ਸਵਾਲ ਵੱਲ ਵੱਧਦੇ ਆ ਸਕਰੀਨ ਤੇ ਤੁਹਾਨੂੰ ਇੱਕ ਕਲਰ ਦਿਖਾਇਆ ਜਾਊਗਾ ਤੁਸੀਂ ਉਸ ਕਲਰ ਦੀਆਂ 5 ਨੈਚੁਰਲ ਚੀਜ਼ਾਂ ਦੱਸਣੀਆਂ ਸਕਰੀਨ ਤੇ ਜਿਹੜਾ ਕਲਰ ਆਊਗਾ ਉਹ ਦੇਖਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਬਜ਼ਰ ਦੱਬੂਗਾ ਉਹੀ ਕਾਊਂਟ ਇਹ ਗੁਨਾਮ ਨੂੰ ਜੇ ਗੇਮ ਦਾ ਇੰਨੇ ਪਤਾ ਤੁਸੀਂ ਕਿਹੜਾ ਤੇ ਇਹਦੇ ਲਈ ਸਿਰਫ 30 ਸੈਕਿੰਡ ਦਾ ਟਾਈਮ ਮਿਲੂਗਾ 5 ਚੀਜ਼ਾਂ ਦੱਸਣ ਨੂੰ ਮੇਰੇ ਤੇ ਬਹੁਤ ਗੁੱਸਾ ਆ ਰਿਹਾ ਠੀਕ ਹੈ ਹਾਂ ਵੀ ਨਹੀਂ ਨਹੀਂ ਮੈਨੂੰ ਤਾਂ ਬਿਲੀ ਭੁੱਖ ਲੱਗਦੀ ਹਰ ਗੱਲ ਤੇ ਕਹਿੰਦੇ ਗੁਰਨਾਮ ਜੀ ਗੁਰਨਾਮ ਜੀ ਸਭ ਪਤਾ ਹੋਣਾ ਸਭ ਚੀਜ਼ੀ ਮੈਂ ਇੱਕ ਵਾਰੀ ਖੇਡ ਚੁੱਕਿਆ ਸਾ ਨਹੀਂ ਉਹ ਪਹਿਲਾਂ ਆ ਚੁੱਕੇ ਨੇ
ओके हां तां करके मैं कोई ऑलरेडी तां करके चुप चुप बीते खड़े ने ते हुण ओ कलर है ग्रीन। हां जी सब तो पहला सुरभि जी प्लांट्स एक मिनट किना दे गुरनाम जी नो मेरे नहीं मेरा सुरभि हां जी प्लांट्स यार फिर उन्होंने नहीं मानदे नहीं तुसी सैपलिंग प्लांट्स ट्रीज की बात हो गया सैपलिंग अच्छा प्लांट्स जंगल जंगल भी ट्री दो ओके प्लांट्स क्लोरोफिल क्लोरोफिल की नहीं है जेडे ਦੇ ਨਾਲ ਪਲਾਂਟ ਕਰੀਮ ਦਾ ਜੇਦੇ ਨਾਲ ਜਿਹੜਾ ਪਲਾਂਟ ਵੈਸੇ ਹੀ ਹੋ ਗਿਆ ਨਾ ਸਾਗ ਸਾਗ ਯੈਸ ਪਾਲਕ ਯੈਸ ਧਨੀਆ ਯੈਸ ਮੇਥੀ ਯੈਸ ਬਾਥੂ ਯੈਸ ਆ ਮੈਂ 10 ਕਹਿਤੇ ਆਲਰੇਡੀ ਚਾਰ ਗਏ ਕੋਈ ਐਮ ਨਹੀਂ ਹੋ ਗਿਆ ਕਰੀ ਮੱਤਾ ਹਾਂ ਯੈਸ ਹਾਂ ਠੀਕ ਹੈ ਹੋ ਗਿਆ ਟਾਈਮ ਦੇ ਅੰਦਰ ਅੰਦਰ ਦੇਤਾ ਜਵਾਬ ਵੈਰੀ ਹੋ ਚੁੱਕੀ ਦਿਓ ਫਾਈਨ ਨਾਈਸ ਬਈ ਮੈਂ ਵੀ ਤਾੜੀਆਂ ਮਾਰੂੰਗੀ ਜਦ ਕਿ ਪਹਿਲਾਂ ਸਾਰਾ ਕੁਝ ਸਹੀ ਚੱਲਦਾ ਸੀ ਪਿਆ ਉਹਨਾਂ ਨੇ ਤਿੰਨ ਵਾਰੀ ਇੰਟਰਪਟ ਕੀਤਾ ਬਾਥੂ ਸਾਗ अगला सवाल इंडिया दी केड़ी सिटी नू डायमंड कैपिटल कहा जाता है सब तो पहले इन्होंने बस दबिया फिर ऑप्शंस ने अमृतसर सूरत या केरला सूरत बिल्कुल सही जवाब है वेरी गुड दस हो गए ओए लोन लेना जाना वेरी गुड हुण मुकाबला बराबरी ते आ चुका है ओके मैं केरला दे कख नहीं हुंदा मैनूं सूरत च ही लग्या सारे खिलाड़ी ने ना ता करके सारे वधिया खेलदे सारे मोटे दिमाग दे हुंदे खिलाड़ी नहीं खिलाड़ी शार्प हुंदे बहुत हुंदे आ नहीं मेरा फर्क है 20 साल हो गए लोहे नाल मत्था मारदे दिमाग थोड़ा लेट चकदा अगला सवाल 30 दिनां दे विच किन्ने घंटे हुंदे ने ਸਭ ਤੋਂ ਪਹਿਲਾਂ ਜਿਵੇਂ ਕਿ ਉਹਨਾਂ ਨੇ ਬਸ ਦੱਬਿਆ ਆਪਸ਼ਨਸ ਵੀ ਹੈਗੇ ਨੇ ਆਪਸ਼ਨਸ ਵੀ ਹੈਗੇ ਨੇ ਓਕੇ 30 ਦਿਨਾਂ ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ ਹਾਂਜੀ ਯੈਸ ਤੁਹਾਡੇ ਆਪਸ਼ਨਸ ਨੇ 480 560 ਜਾਂ 720 ਘੰਟੇ ਹਨਾ ਹਾਂਜੀ ਜਿਵੇਂ ਕਿ ਤੁਸੀਂ 560 ਕਿਹਾ ਹਾਂ 560 ਗਲਤ ਜਵਾਬ ਹਾਂਜੀ 720 ਸਹੀ ਜਵਾਬ ਬੱਦੋ ਵੱਧ ਹੀ ਲਾਓ ਘੱਟ ਤਾਂ ਇਹ ਵਾਰ ਅੰਦਾਜ਼ਾ ਵੀ ਚੱਲਦਾ ਹੁੰਦਾ ਆ ਤੁਸੀਂ ਕਾਲੀ ਕਰ ਗਏ ਆਪਸ਼ਨਸ ਪੂਰੇ ਸੁਣ ਕੇ ਫਿਰ ਉੱਤੇ ਇਸੇ ਦਿਨ ਆਲੀ ਹੁਣ ਤੁਹਾਡੇ ਦੋਹਾਂ ਤੋਂ ਅੱਗੇ ਚੱਲ ਰਹੇ ਨੇ ਸੱਚੀ 5 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਓਕੇ ਤੇ ਹੁਣ ਇਸ ਰਾਉਂਡ ਦਾ ਲਾਸਟ ਸਵਾਲ ਖਤਮ ਗੇਮ ਨਹੀਂ ਇਸ ਰਾਉਂਡ ਦਾ ਹਾਂ ਇਸ ਰਾਉਂਡ ਦਾ ਲਾਸਟ ਸਵਾਲ ਫੇਰ ਤੋਂ ਸਕਰੀਨ ਤੇ ਹੋਏਗਾ ਓਕੇ ਸਕਰੀਨ ਤੇ ਤੁਹਾਨੂੰ ਇੱਕ ਡਿਸ਼ ਦਿਖਾਈ ਜਾਊਗੀ ਤੁਸੀਂ ਉਸ ਡਿਸ਼ 'ਚ ਪੈਣ ਵਾਲੇ 5 ਇਨਗਰੀਡੀਐਂਟ ਦੱਸਣੇ ਨੇ 30 ਸੈਕਿੰਡ ਦੇ ਵਿੱਚ ਤੇ ਉਹ ਡਿਸ਼ ਹੈ ਮੇਰਾ ਮੈਂ ਆਫ ਕੋਰਸ ਗੁਰਨਾਮ ਜੀ ਹਾਂਜੀ ਦਾਲ ਘਿਓ ਸੂਜੀ ਲੂਣ ਪਿਆਜ ਮੇਰੇ ਦਾਲ ਕਿਹੜੀ ਮਸਾਲਾ 7 ਦੱਸ ਤੇ ਦਾਲ ਕਿਹੜੀ ਦਾਲ ਜਿਹੜੀ ਆ ਚਣਿਆਂ ਦੀ ਦਾਲ ਚਣੇ ਦੀ ਦਾਲ ਅੱਛਾ ਚਣੇ ਹਾਂ ਕਿੱਥੇ ਚਣੇ ਦੱਸ ਤੇ ਕਿੰਨੇ ਦੱਸਣੇ 7 ਦੱਸ ਤੇ ਚਣੇ ਦੀ ਦਾਲ ਗੋਲ ਗੱਪੇ ਦੇ ਵਿੱਚ ਚਣੇ ਜਿਹੜੇ ਆਪਾਂ ਫਿਲਿੰਗ ਕਰਦੇ ਆ 7 ਦੱਸ ਤੇ ਵੈਸੇ ਹਾਂ ਤਾਂ ਬਜ਼ਾਰ ਦਬਾਇਆ ਸੀ ਪਹਿਲਾਂ ਬਟ ਇਹ ਮੈਂ ਦੱਸਾਂ ਇਹ ਗੁਰਨਾਮ ਦੀ ਫੇਵਰਿਟ ਡਿਸ਼ ਸੀਗੀ ਗੋਲ ਗੱਪੇ ਮੇਰੀ ਫੇਵਰਿਟ ਮੈਂ ਤਾਂ ਹੀ ਗੋਲ ਗੱਪੇ ਵਰਗਾ ਹੋਇਆ ਮੈਂ ਤੇ 5 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਹੁਣ ਮੇਰੇ ਤੇ ਕਰਤਾਰ ਬਾਈ ਦੇ ਹੋ ਗਏ 15 ਹਾਂਜੀ ਤੇ ਮੈਨੂੰ ਲੱਗੇ 10 ਹੁਣ ਪੁਆਇੰਟਸ ਕੁਝ ਇਸ ਤਰ੍ਹਾਂ ਨੇ ਕਰਤਾਰ ਜੀ 15 ਪੁਆਇੰਟਸ ਸੁਰਭੀ ਜੀ 10 ਪੁਆਇੰਟਸ ਤੇ ਗੁਰਨਾਮ ਜੀ 15 ਪੁਆਇੰਟਸ ਓਏ ਪਾਣੀ ਪੂਰੀ ਪਿਆ ਲੋ 5 ਮਿੰਟ ਰੁਕ ਜਾ ਹੱਸਣ ਦੇ ਹੁਣ ਹਾਂ ਹਾਂ ਤੇ ਹੁਣ ਵਾਦੇ ਆ ਸਾਡੇ ਨੈਕਸਟ ਰਾਉਂਡ ਵੱਲ ਜਿਹਦਾ ਨਾਮ ਹੈ ਬੋਨਸ ਰਾਉਂਡ ਐਡਿਟ ਤੁਹਾਡੇ ਫੋਨਸ ਰਿਕੁਆਇਰਡ ਨੇ ਇਸ ਟਾਸਕ ਦੇ ਵਿੱਚ ਹਾਲੇ ਤੁਸੀਂ ਕੁਝ ਨਹੀਂ ਕਰ ਸਕਦੇ ਗੁਰਨਾਮ ਜੀ ਇਸ ਟਾਸਕ ਦੇ ਵਿੱਚ ਤੁਸੀਂ ਆਪਣੇ ਫਰੈਂਡ ਦੇ ਮੂੰਹੋਂ ਟਾਈਮ ਦੀ ਗੱਲ ਬੁਲਵਾਉਣਾ ਹੈ ਜਿਹੜਾ ਸਭ ਤੋਂ ਪਹਿਲਾਂ ਬੁਲਵਾਏਗਾ ਉਹਨੂੰ ਹੀ ਪੁਆਇੰਟਸ ਮਿਲਣਗੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਨਾਓ ਨੈਟ ਵਰਕ ਗਿਆ ਬੋਲੀ ਟਾਈਮ ਟਾਈਮ ਦੀ ਗੱਲ ਬੋਲੀ ਟਾਈਮ ਟਾਈਮ ਦੀ ਗੱਲ ਬੋਲੀ ਟਾਈਮ ਟਾਈਮ ਦੀ ਗੱਲ ਉੱਚੀ ਯਾਰ ਆਫ ਕੋਰਸ ਹੀ ਆਨਸਰਡ ਮਾਈ ਫਰੈਂਡ ਆਨਸਰਡ ਦ ਫੋਨ ਬੋਲੀ ਟਾਈਮ ਟਾਈਮ ਦੀ ਗੱਲ ਹਨਾ ਯਾ ਕਿੱਦਾਂ ਸੁਰਬੀ ਯਾਰ ਮੈਂ ਕੰਨ ਚ ਬੋਲ ਰਿਹਾ ਹਾਂ ਅਰੇ ਕੰਨ ਚ ਉਹਨੇ ਥੋੜੀ ਜਿਹਾ ਕੰਨ ਚ ਬੋਲੋ ਜਿਹੜਾ ਪਹਿਲਾਂ ਬੋਲੇਗਾ ਉਹ ਨਹੀਂ ਪਹਿਲੇ ਬੋਲ ਜਲਦੀ ਬੋਲ ਟਾਈਮ ਟਾਈਮ ਦੀ ਗੱਲ ਜਲਦੀ ਬੋਲ ਯੈਸ ਵੈਰੀ ਯਾਰ ਜਿਆ ਪੁਆਇੰਟ ਸੀ ਸੁਰਬੀ ਨੂੰ ਦਿੱਤਾ ਨਾ ਮੈਂ ਅੱਜ ਤੋਂ ਬਾਅਦ ਇਹ ਸ਼ੋਅ 'ਚ ਨਹੀਂ ਆਉਂਗਾ ਓ ਮਾਈ ਗੋਡ ਆਈ ਲਿਸਨ ਹੀ ਸੈਡ ਹੈਲੋ ਫਰ ਉਹਨੇ ਸਭ ਤੋਂ ਪਹਿਲਾਂ ਫੋਨ ਚੱਕ ਕੇ ਹੈਲੋ ਕਿਹਾ ਮੈਂ ਲੜਦੇ ਯਾਰ ਨੰਬਰ ਮੇਰੇ ਪਰ ਮੇਰੇ ਵਾਲੇ ਤਾਂ ਹੈਲੋ ਵੀ ਨਹੀਂ ਗਿਆ ਟਾਈਮ ਟਾਈਮ ਦੀ ਗੱਲ ਚੰਨ ਤੋਂ ਸੁਣਾ ਕੇ ਗਿਆ ਯਾਰ ਉਹਨੂੰ ਪਤਾ ਹੀ ਸੀ ਕਿ ਟਾਈਮ ਟਾਈਮ ਦੀ ਗੱਲ ਬੋਲਣਾ ਹੈ ਮੇਰੇ ਫਰੈਂਡ ਨੂੰ ਕੀ ਪਤਾ ਕੀ ਬੋਲਣਾ ਅੱਛਾ ਮੈਂ ਆਪਣੇ ਨੂੰ ਦੱਸਿਆ ਸੀ ਫੇਰ ਨਹੀਂ ਬੋਲਿਆ ਤਾਂ ਬੰਦਾ ਹੀ ਬਾਹਰ ਚਲਾ ਗਿਆ ਫੋਨ ਚੱਕਣ ਵਾਲਾ ਗੁਰਨਾਮ ਦਾ ਤਾਂ ਇਤੋਂ ਬੰਦਾ ਹੀ ਬਾਹਰ ਹੈ
ਹਾਂ ਤੇ ਹੈ ਨਹੀਂ ਬੈਟਿੰਗ ਤੇ ਨਹੀਂ ਸਰੇਆਮ ਚੀਟਿੰਗ ਹੋ ਰਹੀ ਹੈ ਆਪਾਂ ਦੇਖ ਨਹੀਂ ਕਿਹੜਾ ਸੀ ਬੰਦਾ ਹੈ ਨਹੀਂ ਆਉ ਯਾਰ ਇੱਕ ਬਿਲਡਿੰਗ ਚ ਨਹੀਂ ਹੋਣਾ ਚਾਹੀਦਾ ਬੰਦਾ ਬਾਹਰ ਹੀ ਭੇਜਦਾ ਉਹਨੂੰ ਹਾਂ ਯਾਰ ਚੀਟਿੰਗ ਕੌਣ ਕਰ ਰਿਹਾ ਹੈ ਮੈਂ ਬੰਬੇ ਫੋਨ ਕਰ ਰਿਹਾ ਉਹਨੂੰ ਸਮਝਾ ਰਹੀ ਹਾਂ ਫੇਰ ਵੀ ਯਾਰ ਓਏ ਸੁਰਬੀ ਨੇ ਜ਼ਹਿਰ ਖਾ ਲੈਣਾ ਮੈਂ ਤਾਂ ਸਭ ਨੂੰ ਚਲੋ ਤੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਇੱਥੇ ਮਾਹੌਲ ਬਣਿਆ ਘਮਾਸਾਨ ਯੁੱਧ ਹੋਣ ਵਾਲਾ ਸੀ ਉਹਨੂੰ ਰੋਕਦੇ ਹੋਏ ਆਪਾਂ ਇਸ ਰਾਉਂਡ ਦੇ ਪੁਆਇੰਟ ਕਿਸੇ ਨੂੰ ਵੀ ਨਹੀਂ ਦੇਵਾਂਗੇ ਇਸ ਲਈ ਬੋਨਸ ਰਾਉਂਡ ਰੱਦ ਹੁੰਦਾ ਹੁਣ ਹੋ ਗਿਆ ਕੈਨਸਲ ਫੋਨ ਵਾਲਾ ਹਾਂ ਤੇ ਹੁਣ ਵਾਰੀ ਹੈ ਸਾਡੇ ਬਾਲੀਵੁੱਡ ਕੁਇਜ਼ ਦੀ ਇਹਦੇ 'ਚ ਵੀ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਪਰ ਹਰ ਸਹੀ ਜਵਾਬ 'ਤੇ ਤੁਹਾਨੂੰ 10 ਪੁਆਇੰਟਸ ਮਿਲਣਗੇ ਯਾਨੀ ਕਿ ਪੁਆਇੰਟਸ ਡਬਲ ਹੋ ਜਾਂਦੇ ਜਿਹਨੇ ਪਿਛਲੇ ਰਾਉਂਡ 'ਚ ਸੀਗੇ ਤੇ ਇਸੇ ਦੇ ਨਾਲ ਤੁਹਾਡਾ ਪਹਿਲਾ ਸਵਾਲ ਹੈ ਕਿਹੜੀ ਮੂਵੀ ਦੇ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਕੋ ਆਰਟਿਸਟ ਸੀ ਤੇ ਸਭ ਤੋਂ ਪਹਿਲਾਂ ਜਿਵੇਂ ਕਿ ਕਰਤਾਰ ਜੀ ਨੇ ਬਜ਼ਰ ਦੱਬਿਆ ਸਾਕ ਸਾਕ ਮੂਵੀ ਵੈਰੀ ਗੁੱਡ ਵੈਰੀ ਗੁੱਡ ਐਸੇ ਦੇ ਨਾਲ ਹੀ ਬਿਨਾਂ ਆਪਸ਼ਨਸ ਦੇ ਸਹੀ ਜਵਾਬ ਦੱਸ ਕੇ 10 ਪੁਆਇੰਟਸ ਮੈਨੂੰ ਮੈਂਡੀ ਨਾਲ ਕੋਈ ਲੈਣਾ ਨਹੀਂ ਉਹ ਮੁੰਡਾ ਵਧੀਆ ਸੀ ਜੋਤਾ ਕਰਕੇ ਕਿਤੇ ਗੁਰਨਾਮ ਕਵੇ ਵੀ ਆਏ ਕਿਤੇ ਸਾਕ ਤੇ ਹੁਣ ਅਗਲਾ ਸਵਾਲ ਇਹ ਰਿਹਾ ਫਿਲਮ ਸਰਗੀ ਦੇ ਵਿੱਚ ਜੱਸੀ ਗਿੱਲ ਤੋਂ ਇਲਾਵਾ ਸੈਕੰਡ ਮੇਲ ਆਰਟਿਸਟ ਕੌਣ ਸੀ ਮੈਂ ਨੱਪਿਆ ਯਾਰ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਬਸਰ ਦੱਬਿਆ ਫਿਰ ਉਸ ਤੋਂ ਬਾਅਦ ਤੁਹਾਡਾ ਸੈਕੰਡ ਮੇਲ ਆਰਟਿਸਟ ਬੱਬਲ ਰਾਏ ਪੁਆਇੰਟ ਦਿਓ ਮੈਨੂੰ ਚਲੋ ਬਿਲਕੁਲ ਸਹੀ ਜਵਾਬ ਤੇ ਠਾਠਾ ਜਵਾਬ ਦੇ ਕੇ 10 ਪੁਆਇੰਟਸ ਲੈ ਗਏ ਨੇ ਵੈਰੀ ਗੁੱਡ ਬਜ਼ਰ ਤੇ ਧਿਆਨ ਰੱਖਦਾ ਨਾ ਜਵਾਬ ਤੇ ਨਹੀਂ ਹਾਂ ਚਲੋ ਅਗਲਾ ਸਵਾਲ ਸੌਂਕਣ ਸੌਂਕਣੇ ਫਿਲਮ 'ਚ ਨਿਮਰਤ ਖਹਿਰਾ ਦੇ ਕਰੈਕਟਰ ਦਾ ਕੀ ਨਾਮ ਸੀ ਸੋਹਣੀ ਕਿਰਨਾ ਜਾਂ ਪਿੰਕੀ ਕਿਰਨਾ ਬਿਲਕੁਲ ਸਹੀ ਜਵਾਬ 10 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਸ਼ੁਕਰਾਨਾ ਦੇਖ ਲਈ ਫਿਲਮ ਮਾੜੀ ਮੋਟੀ ਮੈਨੂੰ ਕੀ ਪਤਾ ਸੀ ਇਹ ਵੀ ਕੰਮ ਆ ਜੂਗੀ ਕਦੇ ਨਿਮਰਤ ਵੀ ਮਿਲੇ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜਾ ਸੌਂਗ ਅੰਮ੍ਰਿਤ ਮਾਨ ਤੇ ਜੈਸਮਿਨ ਸੈਂਡਰਸ ਦਾ ਡਿਊਟ ਸੌਂਗ ਆਊਟ ਆਫ ਦੋਨੇ ਕੈਨਸਲ ਮੈਨੂੰ ਪੁਆਇੰਟ ਦੇ ਦਿਓ ਬਸ ਮੈਂ ਤਾਂ ਦੱਬਿਆ ਨਹੀਂ ਉਹਨਾਂ ਨੇ ਦੱਬਿਆ ਉਹਨਾਂ ਨੇ ਅੱਛਾ ਨਹੀਂ ਪੂਰਾ ਸਵਾਲ ਤਾਂ ਸੁਣੋ ਡਿਊਟ ਸੌਂਗ ਨਹੀਂ ਹੈ ਠੀਕ ਹੈ ਤੇ ਤੁਹਾਡੇ ਆਪਸ਼ਨਸ ਨੇ ਮਿੱਠੀ ਮਿੱਠੀ ਬੰਬ ਜੱਟ ਤੇ ਝੁਮਕਾ ਮਿੱਠੀ ਮਿੱਠੀ ਗਲਤ ਜਵਾਬ ਝੁਮਕਾ ਤੇ ਇਸੇ ਨਾਲ ਹੀ ਸਹੀ ਜਵਾਬ ਦੇ ਚੁੱਕੇ ਨੇ 10 ਪੁਆਇੰਟਸ Yes. Oh. Okay. Yes. Okay. Oh. Oh. Chalo. Chalo. Okay, done. Agla sawal. Haan. Yani ki panchwa sawal screen te hoega. Screen te tuhanu ek alphabet dikhaya jaunga. Okay. Us alphabet to shuru hon waliyan panch Punjabi filmaan de naam dassne aa. Within 30 seconds. Te oh alphabet hai. Haan. Kartar Chimma ji ne jive ki sab to pehla buzzer dabya. Tuhanda time shuru hunda now. ਨਿੰਮੋ ਹਾਂਜੀ ਨਾਨਕ ਨਾਮ ਜਹਾਜ਼ ਹੈ ਹਾਂਜੀ ਨਹੀਂ ਜਾਣਾ ਪ੍ਰਦੇਸ ਪੁਰਾਣੀ ਸਿੰਘ ਠੀਕ ਹੈ ਜੀ ਛੇਤੀ ਛੇਤੀ ਚੌਲ ਨਾਮ ਹੈ ਨਾਮ ਨਹੀਂ ਨਾਮ 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 ਨਹੀਂ ਹੈ ਹੈਗੀ ਨਾਮ ਨਹੀਂ ਹੈਗੀ ਇਹ ਤੁਸੀਂ ਹੁਣ ਨਹੀਂ ਹੈਗੀ ਨੀਅਤ ਨੀਅਤ ਪੰਜਾਬੀ ਹਾਂ ਹਾਂ ਪੰਜਾਬੀ ਨਹੀਂ ਹੈਗੀ ਪੰਜਾਬੀ ਪੁਰਾਣੀ ਫਿਲਮ ਇਹਨੂੰ ਵੇਖੋ ਪਿੱਛੇ ਕੱਢੋ ਨਾ ਟਾਈਮ ਓਵਰ ਹੋ ਗਿਆ ਹਾਂ ਟਾਈਮ ਓਵਰ ਹੋ ਗਿਆ ਹੁਣ ਮੇਰਾ ਆ ਦੋਨਾਂ ਦਾ ਸੈਕਿੰਡ ਮੇਰਾ ਸੀਗਾ ਨਹੀਂ ਨਹੀਂ ਮੈਂ ਦਿੱਤੇ ਆ ਜਵਾਬ ਸੈਕਿੰਡ ਕਾਊਂਟ ਹੀ ਨਹੀਂ ਹੁੰਦਾ ਇਹਦੇ ਯਾਰ ਅੱਛਾ ਇੱਕ ਹੀ ਸੀਗਾ ਪੁਰਾਣੀਆਂ ਫਿਲਮਾਂ ਹੈਗੀਆਂ ਟੁੰਟਣ ਵੇਲੇ ਦੀਆਂ ਉਹ ਵੇਖੋ ਪਿੱਛੇ ਬੈਠੀ ਮੇਰੀ ਡੇਟ ਆਫ ਬਰਥ ਪੁੱਛੋਗੇ ਤੁਸੀਂ ਹੈਰਾਨ ਹੋ ਜਾਣਾ ਇੰਨਾ ਪੁਰਾਣਾ ਮੈਂ ਚਲੋ ਗੂਗਲ ਤੇ ਦੇਖ ਲਓ ਨਹੀਂ ਨਹੀਂ ਕਰਤਾਰ ਜੀ ਫਿਰ ਵੀ 4 ਹੋ ਗਿਆ ਤੁਹਾਨੂੰ ਨਹੀਂ ਸਿਰਫ 5 ਦੀਆਂ 5 ਹੀ ਦੱਸਣੀਆਂ ਸੀ ਤੇ ਤੁਹਾਨੂੰ ਇਹਦੇ ਪੁਆਇੰਟਸ ਨਹੀਂ ਮਿਲਣਗੇ ਓਕੇ ਨੋ ਚੀਟਿੰਗ ਨੋ ਚੀਟਿੰਗ ਕੁਐਸਚਨ ਦੂਜੇ ਨੂੰ ਅਟੈਂਪਟ ਵੀ ਨਹੀਂ ਕਰਨ ਦੇਣਾ ਨਹੀਂ ਨਹੀਂ ਇਹ ਵਾਲੀ ਸਕਰੀਨ ਵਾਲੇ ਨਹੀਂ ਓਕੇ ਡਨ ਅੱਛਾ ਅਗਲਾ ਸਵਾਲ ਹਾਂ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਜਿਹਨੇ ਪਿਸ਼ੌਰ ਨਹੀਂ ਦੇਖਿਆ ਉਹਨੇ ਚੰਗਾ ਕੀਤਾ ਵੀ ਨਹੀਂ ਦੇਖਿਆ ਇਹ ਡਾਇਲੌਗ ਕਿਹੜੀ ਮੂਵੀ ਦਾ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਦਰ ਪ੍ਰੈਸ ਕੀਤਾ ਤੇ ਤੁਹਾਡੇ ਆਪਸ਼ਨਸ ਨੇ ਜੱਟ ਐਂਡ ਜੂਲੀਅਟ 2 ਸਰਦਾਰ ਜੀ 2 ਜਾਂ ਜੱਟਸ ਇਨ ਗੋਲਮਾਲ ਜੱਟਸ ਇਨ ਗੋਲਮਾਲ ਗਲਤ ਜਵਾਬ ਓ ਤੁਸੀਂ ਹਾਂਜੀ ਜੱਟ ਐਂਡ ਜੂਲੀਅਟ ਗਲਤ ਜਵਾਬ ਜਦੋਂ ਨਹੀਂ ਇਹ ਕਾਊਂਟ ਨਹੀਂ ਹੋਏਗਾ ਇਹ ਡਾਇਲੌਗ ਸਰਦਾਰ ਜੀ 2 ਮੂਵੀ ਦਾ ਹੈ ਇਸ ਸਵਾਲ ਦੇ ਪੁਆਇੰਟਸ ਕਿਸੇ ਨੂੰ ਵੀ ਨਹੀਂ ਮਿਲਣਗੇ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜਾ ਸੌਂਗ ਹੈ
जो राज रंजोत ने गाया है बट ए फीचर दिलजीत दोसांझ से सोनम बाजवा ने किया। सब तो पहला तुसी बजा गब्बे फिर तुसी लक तेरे पतले वास्ते बनी है टॉमी दिया जीना नहीं। वेरी गुड 10 पॉइंट्स मेरे ऑप्शन दसन दी भी नहीं लोड पई। वेरी गुड सिंगर ओके ते हुण इस राउंड दा लास्ट सवाल स्क्रीन ते होएगा ओके स्क्रीन ते तुहानू एक आर्टिस्ट दी फोटो दिखाई जाऊगी तुसी उस आर्टिस्ट दे 5 सोंग दसने ने। पहला ना हार मान जियो ठीक है जी कुछ भी हो सकता है ते ओ आर्टिस्ट ने मैं सब तो पहला हां जी मैं चलो स्टार्ट नहीं होते शौहरत बहाने गेड़ा मार दी आ जाएगी पसंद मेरी बेबे नू ते जिहदा नाम है जैकपॉट राउंड। ਸਵਾਲਾਂ ਨੂੰ ਜਵਾਬ ਦੇਣ ਚ ਨਹੀਂ ਆ ਲੋਕ ਝੋਕ ਚ ਮਜ਼ਾ ਜ਼ਿਆਦਾ ਆਉਂਦਾ ਫਿਰ ਤਾਂ ਹੀ ਵਧੀਆ ਸ਼ੋਅ ਜਾਊਗਾ ਤੱਕ ਗਿਆ ਯਾਰ ਇਸ ਦੇ ਵਿੱਚ ਦਿਮਾਗ ਲਾ ਇਸ ਰਾਉਂਡ ਦੇ ਵਿੱਚ 4 ਸਵਾਲ ਹੋਣਗੇ ਚਾਰੇ ਦੇ ਚਾਰੇ ਸਵਾਲ ਸਕਰੀਨ ਤੇ ਹੋਣਗੇ ਤੇ ਇਹਦਾ ਸਹੀ ਜਵਾਬ ਦੇਣ ਤੇ ਤੁਹਾਨੂੰ 20 ਪੁਆਇੰਟਸ ਮਿਲਣਗੇ ਹਰ ਸਵਾਲ ਦੇ ਠੀਕ ਹੈ ਜੀ ਇਹ ਕਿੰਨੇ ਕੁਐਸਚਨ ਨੇ ਟੋਟਲ 4 ਓ ਹੁਣ ਤੁਹਾਨੂੰ ਸਕਰੀਨ ਤੇ ਇੱਕ ਆਡੀਓ ਸੁਣਾਈ ਜਾਏਗੀ ਤੁਸੀਂ ਗੈਸ ਕਰਨੇ ਕੋਈ ਕੀ ਦੀ ਆਡੀਓ ਹੈ ਠੀਕ ਹੈ ਉਹਦੇ ਲਈ ਤੁਹਾਨੂੰ ਕੋਈ ਆਪਸ਼ਨ ਨਹੀਂ ਮਿਲੇਗਾ ਤੇ ਜਦੋਂ ਹੀ ਤੁਹਾਨੂੰ ਨਾਲ ਸਮਝ ਆਉਂਦਾ ਨਾਲ ਦੀ ਨਾਲ ਤੁਸੀਂ ਬਜ਼ਰ ਦੱਬ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਡਾ ਟਾਈਮ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਤੇ ਉਹ ਆਡੀਓ ਹੈ ਯਾਰ ਕੁੜਤਾ ਪਜਾਮਾ ਜੱਟਾਂ ਤੇ ਬਹੁਤ ਸੋਹਣਾ ਲੱਗਦਾ ਆ ਅੱਜ ਸੋਨਮ ਬਾਜਵਾ ਪਸੰਦ ਆ ਸੋ ਸੋਨਮ ਬਾਜਵਾ ਪੁਆਇੰਟ ਦੋ ਮੈਨੂੰ ਅੱਛਾ ਬੋਲਣਾ ਸੀਗਾ ਮੈਂ ਕਿਹਾ ਆਡੀਓ ਚੁੱਪ ਕਰ ਦੇ ਬੇਟਾ ਨਹੀਂ ਨਹੀਂ ਤੁਸੀਂ ਨਾਲ ਦੀ ਨਾਲ ਦੱਸ ਸਕਦੇ ਹੋ ਅੱਛਾ ਵੈਸੇ ਵੀ ਨਹੀਂ ਸੀ ਪਤਾ ਚਲੋ ਤੇ ਸੋਨਮ ਬਾਜਵਾ ਜਿਵੇਂ ਕਿ ਉਹਨਾਂ ਨੇ ਕਿਹਾ ਤੇ ਲੈ ਗਏ 20 ਪੁਆਇੰਟਸ ਹੋਰ ਲੈ ਗਏ ਉਹ ਸਾਰੇ ਲੈ ਜੂਗਾ ਸਾਰੇ ਹੀਰੋ ਨਾਲ ਕੰਮ ਦਿੱਤਾ ਤੁਸੀਂ ਗੁੱਗੂ ਗਿੱਲ ਭਾਈ ਦੇ ਚਲਾਓ ਨਾ ਉਹਨਾਂ ਦੀ ਵੀ ਹੈਗੀ ਆ ਉਹਨਾਂ ਦੀ ਵੀ ਹੈਗੀ ਆ ਹੁਣ ਅਗਲਾ ਤੁਹਾਨੂੰ ਇੱਕ Song ਦਾ ਸਕਰੀਨਸ਼ਾਟ ਦਿਖਾਇਆ ਜਾਊਗਾ ਓਕੇ ਤੁਸੀਂ ਗੈਸ ਕਰਨਾ ਹੈ ਕਿ ਉਹ Song ਕਿਹੜਾ ਤੁਸੀਂ ਹਿੰਮਤ ਕਿਉਂ ਛੱਡੀ ਬੈਠੇ ਹੋ ਤੁਸੀਂ ਹਿੰਮਤ ਕਿਉਂਕਿ ਮੈਂ ਤਾਂ ਆਪ ਨਹੀਂ Song ਵੇਖ ਕੇ ਕਦੇ ਇਹਨੂੰ ਨਾਮ ਨਹੀਂ ਜਿੱਤਣਾ ਆਈ ਕੁਇਟ ਹਿੰਮਤ ਵੀ ਨਹੀਂ जवाब नहीं देने दिता तुम सजा तो मिलूगी रब दूगा हम तुम स्क्रीन एक सोंग का स्क्रीनशॉट दिखाया जाऊगा तुम गैस करना है कि सोंग है 30 सेकंड का टाइमर है प्लीज रुक जाओ यार तुम कितने पॉइंट हटाओ हाथ हां प्लीज रुको हां ते वो स्क्रीनशॉट है बिलकुल सही जवाब देके 20 पॉइंट्स लेके जा चुके हो वेरी गुड गुरनाम जी ने बजर दबिया पूरी गेम दा लास्ट सवाल ओके फिर तो स्क्रीन ते होएगा
करतार जी ने पहला मजा दबा है ते 20 पॉइंट्स जान गए इनन एक मिनट वैसे ओके भाई दे दो पॉइंट पर चेक जरूर करो मेरे क्यों चेक कर लो सबसे पहले करना वैसे जीत रहे तू तू वैसे जीत रहे मैं वैसे चेक करना चाहना कितने के सही होने मेरे मेरे नंबर कितने बन गया जोड़ के इतना देख कैमरे से जो रिकॉर्ड हो गया वही पत्थर पे लकीर है हां जी तुसी प्रेस कर लो नॉट दैट आई नो द आंसर बट दबया मैं ऐसी करना जवाब मैंने पता नहीं कितने कितने नंबर हो गए कितने 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 हुन मैं नंबर दसन तो पहला ਨੀ ਤੁਹਾਡੇ ਇਹਦੇ ਚ 20 ਪੁਆਇੰਟਸ ਹੋ ਚੁੱਕੇ ਨੇ ਆਪਾਂ ਨਾ ਵੈਸੇ ਮੈਂ ਜਿੰਨੇ ਕੁ ਨੰਬਰ ਜਿੱਤੇ ਆ ਨਾ ਮੈਂ ਚਾਹਨੀ ਆ ਇਹਨਾਂ ਦੋਨਾਂ ਨੂੰ ਅੱਧੇ ਅੱਧੇ ਦੇਵਾਂ ਨਹੀਂ ਇਦਾਂ ਨਹੀਂ ਹੋ ਸਕਦਾ ਕਿਉਂਕਿ ਵੀ ਜਿੱਤੇ ਇੰਨੇ ਘੱਟ ਹੋਣੇ ਆ ਸੋ ਅਸੀਂ ਨਾ ਵੈਸੇ ਫਿਲਮ ਪ੍ਰਮੋਟ ਕਰਨ ਆਏ ਸੀ ਆਪਦੀ ਖਿਡਾਰੀ ਆ ਰਹੀ 9 ਫਰਵਰੀ ਨੂੰ ਸੋਨੇ ਤੇ ਆ ਰਹੇ ਆਪਾਂ ਹਾਂਜੀ ਹਾਂਜੀ ਮੈਂ ਉਹੀ ਕਰਤਾਰ ਜੀ ਫਾਈਨਲ ਪੁਆਇੰਟਸ ਦੱਸਣ ਤੋਂ ਪਹਿਲਾਂ ਖਿਡਾਰੀ ਬਾਰੇ ਇੱਕ ਦੋ ਸਵਾਲ ਨਹੀਂ ਮੇਰੇ ਤੁਹਾਡੇ ਕੋਲ ਚੱਲਦੇ ਪਾਵਾਂਗੇ ਤੁਹਾਡੇ ਸਾਰਿਆਂ ਤੋਂ ਹੀ ਨੇ ਬਜਰ ਆਉਂਦਾ ਨਹੀਂ ਨਹੀਂ ਹਾਂ ਰਿਲੈਕਸ ਹੋ ਕੇ ਤੁਸੀਂ ਜਵਾਬ ਦੇ ਸਕਦੇ ਹੋ ਹੁਣ ਉਹ ਨਹੀਂ ਪੜੇਗਾ ਹਾਂ ਸਾਰਿਆਂ ਨੇ ਟ੍ਰੇਲਰ ਦੇਖ ਲਿਆ ਹਨਾ ਮੂਵੀ ਦਾ ਦੇਖ ਲਿਆ ਹਾਂ 9 ਫੈਬ ਨੂੰ ਰਿਲੀਜ਼ ਹੋ ਰਹੀ ਹੈ ਕਰੈਕਟ ਤੁਸੀਂ ਤਿੰਨਾਂ ਨੇ ਜਿਹੜੇ ਜਿਹੜੇ ਵੀ ਕਿਰਦਾਰ ਖਿਡਾਰੀ ਚ ਨਿਭਾਇਆ ਹਨਾ ਉਸ ਕੈਰੈਕਟਰ ਦਾ ਕੋਈ ਇਹੋ ਜਿਹਾ ਪਹਿਲੂ ਹੈ ਜਿਹੜਾ ਤੁਸੀਂ ਆਪਦੀ ਅਸਲ ਜ਼ਿੰਦਗੀ ਚ ਅਪਣਾਉਣਾ ਚਾਹੁੰਦੇ ਹੋ ਮੇਰੇ ਕੈਰੈਕਟਰ ਦਾ ਮੈਂ ਦੱਸ ਦਿੰਦਾ ਕਿ ਮੈਂ ਚਾਹੁੰਦਾ ਕਿ ਜਿਵੇਂ ਗੁਰੂ ਡੈਡੀਕੇਟਿਡ ਹੈ ਆਪਦੀ ਗੇਮ ਦੇ ਲਈ ਤੇ ਮੈਂ ਵੀ ਚਾਹੁੰਦਾ ਕਿ ਮੈਂ ਆਪਦੇ ਕੰਮ ਲਈ ਉਹਨਾਂ ਡੈਡੀਕੇਟਡ ਹੋਵਾਂ ਜਿਹੜਾ ਮੇਰਾ ਕੈਰੈਕਟਰ ਹੈ ਅੰਮ੍ਰਿਤ ਦਾ ਉਹ ਬਹੁਤ ਜ਼ਿਆਦਾ ਰਲਦਾ ਮਿਲਦਾ ਹੈ ਸੁਰਭੀ ਦੇ ਨਾਲ ਤੇ ਕੁਝ ਐਸਾ ਹੈ ਨਹੀਂ ਜਿਹੜਾ ਉਹਦੇ 'ਚ ਹੈ ਔਰ ਮਤਲਬ ਕਾਫੀ ਸਿਮਿਲਰ ਨੇ ਸਾਡੇ ਆਫ ਸਕਰੀਨ ਔਰ ਔਨ ਸਕਰੀਨ ਮੇਰੇ ਕੈਰੈਕਟਰ ਸੋ ਆਮ ਗੁੱਡ ਮੇਰਾ ਵੀ ਜੋ ਆਪਣੀ ਫੈਮਿਲੀ ਲਈ ਡੈਡੀਕੇਸ਼ਨ ਹੈ ਫੈਮਿਲੀ 'ਚ ਇੱਕ ਭਰਾ ਹੀ ਆ ਉਹਦੇ ਲਈ ਕੁਝ ਵੀ ਕਰ ਸਕਦਾ ਮਰ ਸਕਦਾ ਮਾਰ ਸਟੋਰੀ ਨਾ ਦੱਸਿਓ ਨਹੀਂ ਟ੍ਰੇਲਰ 'ਚ ਹੀ मैं चाहना भी लाइफ च भी मैं अपनी फैमिली लिए जा कुछ करा सुरभी तुहाडे लिए स्पेशली ये इस मूवी का केड़ा सब तो अड एलीमेंट सी जिने तुहानू मतलब मूवी वाल अट्रैक्ट किया कि हाँ तुसी मूवी नू हाँ कहती तुसी ना फिल्म दे सवाल भी वो गेम तरह ही पुछदे हैं तो बंदे नू डर लगता मैनू किन्ने पॉइंट्स मिलणगे नहीं ओके ਮੈਨੂੰ ਇਹ ਫਿਲਮ ਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਕਿਉਂਕਿ ਕਿ ਜਿਹੜੀ ਇਹ ਫਿਲਮ ਹੈ ਇਹਦੇ ਵਿੱਚ ਸਿਰਫ ਇੱਕ ਇਹੋ ਜਿਹਾ ਮੈਟਰ ਨਹੀਂ ਹੈ ਜਿਹਦੇ ਦੁਆਲੇ ਸਾਰੀ ਫਿਲਮ ਦੀ ਸਟੋਰੀ ਰਿਵੋਲਵ ਹੋ ਰਹੀ ਹੈ ਬਹੁਤ ਸਾਰੇ ਪਹਿਲੂ ਨੇ ਬਹੁਤ ਸਾਰੇ ਆਸਪੈਕਟ ਨੇ ਜਿਹੜੇ ਅਸੀਂ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲਾਈਕ ਇਟਸ ਨੋਟ ਅ ਸਪੋਰਟਸ ਫਿਲਮ ਇਹ ਇੱਕ ਗੈਂਗਸਟਰ ਫਿਲਮ ਨਹੀਂ ਹੈ ਇੱਕ ਸਪੋਰਟਸ ਫਿਲਮ ਨਹੀਂ ਹੈ ਇੱਕ ਰੋਮਾਂਟਿਕ ਫਿਲਮ ਨਹੀਂ ਹੈ ਇਹ ਜਰਨੀ ਹੈ ਤਿੰਨ ਕਿਰਦਾਰਾਂ ਦੀ ਅਤੇ ਉਹਨਾਂ ਕਿਰਦਾਰਾਂ ਦੀ ਜ਼ਿੰਦਗੀ ਦੇ ਵਿੱਚ ਜੋ ਜੋ ਹੋ ਰਿਹਾ ਅਤੇ ਉਹਨਾਂ ਸਿਚੁਏਸ਼ਨਸ ਦੇ ਵਿੱਚ ਉਹ ਕਿਵੇਂ ਰਿਐਕਟ ਕਰ ਰਿਹਾ ਇਹ ਉਸ ਚੀਜ਼ ਦੀ ਕਹਾਣੀ ਤੇ ਤੁਸੀਂ ਖਿਡਾਰੀ ਬਣਨ ਲਈ ਕੁਝ ਐਕਸਟਰਾ ਕਿੰਨੀਆਂ ਐਫਰਟਸ ਕੀਤੀਆਂ ਨੇ ਹਾਂਜੀ ਐਕਸਟਰਾ ਤਾਂ ਮੈਂ ਕੁਸ਼ਤੀ ਸਿੱਖਣੀ ਪਈ ਮੈਨੂੰ ਉਹਦੇ ਲਈ ਮੈਂ 2-3 ਮਹੀਨੇ ਟ੍ਰੇਨਿੰਗ ਲਈ ਕੁਸ਼ਤੀ ਦੀ ਔਰ ਹਾਂ ਕੈਰੈਕਟਰ ਤੇ ਜਦ ਵੀ ਤੁਸੀਂ ਕੋਈ ਫਿਲਮ ਕਰਦੇ ਆ ਕਿ ਉਹਦਾ ਕੁਝ ਕੈਰੈਕਟਰਿਸਟਿਕਸ ਹੁੰਦੇ ਆ ਕਿ ਕਿਉਂਕਿ ਅੱਗੇ ਫਿਲਮਾਂ 'ਚ ਮੈਂ ਬਹੁਤ ਜ਼ਿਆਦਾ ਬੋਲਣ ਵਾਲਾ ਕੈਰੈਕਟਰ ਸੀਗਾ ਇਸ ਫਿਲਮ 'ਚ ਉਹ ਹੈ ਕਿ ਮੁੰਡਾ ਅੱਖਾਂ ਨਾਲ ਜ਼ਿਆਦਾ ਗੱਲ ਕਰਦਾ ਹੈ ਉਵੇਂ ਜ਼ਿਆਦਾ ਬੋਲਦਾ ਨਹੀਂ ਕਿਉਂਕਿ ਕੁਛ ਐਸਾ ਹੋਇਆ ਜਿਹਦੇ ਕਰਕੇ ਉਹ ਇਸ ਤਰ੍ਹਾਂ ਦਾ ਬਣ ਗਿਆ ਹਨਾ ਤੇ ਉਹਦੇ ਲਈ ਮੈਨੂੰ ਕਾਫੀ ਮਤਲਬ ਐਜ਼ ਅ ਕੈਰੈਕਟਰ ਐਜ਼ ਅ ਐਕਟਿੰਗ ਕੰਮ ਕਰਨਾ ਪਿਆ ਤੇ ਉਹਦੇ ਲਈ ਤਾਂ ਮੈਂ ਪ੍ਰਿਪਰੇਸ਼ਨ ਕੀਤੀ ਜਿਹੜੀ 2-3 ਮਹੀਨੇ ਔਰ ਨਾਲ ਜਿਹੜੇ ਸਪੈਸ਼ਲ ਕੁਛ ਕਹਿ ਸਕਦੇ ਹਾਂ ਉਹ ਕੁਸ਼ਤੀ ਸਿੱਖੀ ਮੈਂ ਜਿੰਨੇ ਵੀ ਤੁਹਾਡੇ ਸਾਰੇ ਫੈਨਸ ਨੇ ਉਹ ਫਿਲਮ ਦੇਖਣਗੇ ਜ਼ਰੂਰ ਦੇਖਣਗੇ ਪਰ ਤੁਹਾਡੇ ਤਿੰਨਾਂ ਵੱਲੋਂ ਇੱਕ ਇੱਕ ਤੁਸੀਂ ਰੀਜ਼ਨ ਦੱਸਣਾ ਕਿ ਕਿਉਂ ਖਿਡਾਰੀ ਫਿਲਮ ਦੇਖੀ ਜਾਵੇ ਸਭ ਤੋਂ ਪਹਿਲਾਂ ਕਰਤਾਰ ਜੀ ਤੁਸੀਂ ਦੱਸੋ ਇੱਕ ਰੀਜ਼ਨ ਕਿ ਲੋਕ ਸਾਰੇ ਖਿਡਾਰੀ ਫਿਲਮ ਦੇਖਣ ਜਾਣ ਹੀ ਜਾਣ ਕਿਉਂਕਿ ਖਿਡਾਰੀ 'ਚ ਅਤੇ ਆਮ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਬੰਦੇ ਜਜ਼ਬਾ ਹੋਣਾ ਚਾਹੀਦਾ ਹਾਰ ਨੂੰ ਬਰਦਾਸ਼ਤ ਕਰਨ ਦਾ ਅਤੇ ਜਿੱਤ 'ਤੇ ਫੋਕਸ ਕਰਨ ਦਾ ਉਹ ਪੇਸ਼ੈਂਸ ਸਿਖਾਉਂਦੀ ਹੈ ਖਿਡਾਰੀ ਇਸ ਕਰਕੇ ਵੇਖਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਹਰ ਏਜ ਗਰੁੱਪ ਔਰ ਹਰ ਇੱਕ ਪ੍ਰੋਫੈਸ਼ਨ ਦਾ ਜਿਹੜਾ ਬੰਦਾ ਹੈ ਮੈਨੂੰ ਲੱਗਦਾ ਇਸ ਫਿਲਮ ਦੇ ਨਾਲ ਕਨੈਕਟ ਕਰੇਗਾ ਇਸ ਫਿਲਮ ਦੇ ਵਿੱਚ ਕਨੈਕਟ ਕਰਨ ਦੇ ਪੁਆਇੰਟਸ ਬਹੁਤ ਹੈ ਇਹ ਫਿਲਮ ਨੂੰ ਦੇਖ ਕੇ ਇੱਦਾਂ ਨਹੀਂ ਲੱਗਦਾ ਕਿ ਇਹ ਤਾਂ ਸਿਰਫ ਫਿਲਮਾਂ 'ਚ ਹੀ ਹੁੰਦਾ ਹਰ ਕੋਈ ਇਹ ਰਿਅਲਾਈਜ਼ ਕਰ ਸਕਦਾ ਕਿ ਇਹ ਸਾਡੇ ਨਾਲ ਵੀ ਹੋ ਚੁੱਕਿਆ ਜਾਂ ਸਾਡੇ ਨਾਲ ਹੋ ਸਕਦਾ
ਤੇ ਜਿਹੜੀ ਉਹ ਕਨੈਕਟੀਵਿਟੀ ਹੈ ਉਹ ਬੰਨ ਕੇ ਰੱਖੇਗੀ ਆਡੀਅੰਸ। ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਹਰ ਬੰਦਾ ਬਹੁਤ ਸਾਰਿਆਂ ਦੀ ਮਿਹਨਤ ਦੀ ਕਮਾਈ ਹੈ ਹੈ ਨਾ, ਆਪਾਂ ਸਿਨੇਮਾ 'ਚ ਜਾਂਦੇ ਹਾਂ ਤਾਂ ਸਾਨੂੰ ਹੁੰਦਾ ਕਿ ਮੈਂ 200 ਦੀ ਜਾਂ 250 ਦੀ ਟਿਕਟ ਲਈ ਆ, ਮੈਨੂੰ ਉਹ ਵਰਥ ਇਟ ਹੋਵੇ ਹੈ ਨਾ। ਇਸ ਫਿਲਮ 'ਚੋਂ ਸਭ ਚੀਜ਼ਾਂ ਨੇ, ਐਕਸ਼ਨ ਆ, ਰੋਮੈਂਸ ਆ, ਮਿਊਜ਼ਿਕ ਆ, ਡਰਾਮਾ ਹੈ, ਕਿ ਤੁਹਾਨੂੰ ਫਿਲਮ ਰਵਾਏਗੀ ਵੀ, ਹਸਾਏਗੀ ਵੀ, ਜਿਵੇਂ ਕਹਿੰਦੇ ਕੂਕਾਂ ਵੀ ਵੱਜਣਗੀਆਂ ਹੈ ਨਾ। ਜਿਹੜਾ ਸਿਨੇਮਾ ਐਕਚੁਅਲੀ ਜਿਹੜਾ ਸਿਨੇਮਾ ਹੈ ਹੈ ਨਾ, ਜਿਹਨੂੰ ਕਹਿੰਦੇ ਥੀਏਟਰ, ਹੁਣ ਬਹੁਤ ਸਾਰੀਆਂ ਚੀਜ਼ਾਂ ਅਸੀਂ OTT 'ਤੇ ਵੀ ਦੇਖਣ ਲੱਗ ਗਏ। ਇਹ ਵਾਲੀਆਂ ਫਿਲਮਾਂ ਬਣੀਆਂ ਹੀ ਥੀਏਟਰ ਵਾਸਤੇ ਨੇ, ਇਹ ਉਸ ਤਰ੍ਹਾਂ ਦੀ ਫਿਲਮ ਹੈ ਜਿਹਨਾਂ ਨੂੰ ਵੇਖ ਕੇ ਅਸੀਂ ਇੰਜੋਏ ਕਰਦੇ ਹਾਂ ਫੈਮਿਲੀ ਨਾਲ, ਦੈਟਸ ਵਾਈ। ਅਤੇ ਹੁਣ ਸਿਰਫ 9 ਫਰਵਰੀ ਦਾ ਇੰਤਜ਼ਾਰ ਹੈ ਕਿ ਛੇਤੀ ਛੇਤੀ ਆਵੇ ਅਤੇ ਅਸੀਂ ਸਾਰੇ ਖਿਡਾਰੀ ਫਿਲਮ ਦੇਖਣ ਜਾਈਏ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਮੇਰੇ ਕੋਲ ਆ ਜਾਓ ਤਾਂ ਕਿ ਆਪਾਂ ਵਿਨਰ ਅਨਾਊਂਸ ਕਰ ਸਕੀਏ। ਅਤੇ ਸਾਡੇ ਅੱਜ ਦੇ ਇਸ ਸ਼ੋਅ ਦੇ ਜਿਹੜੇ ਵਿਨਰ ਨੇ ਖਿਡਾਰੀ 9 ਫਰਵਰੀ ਨੂੰ ਕੌਣ ਹੋ ਸਕਦਾ? मुबारक हो आपको ये जी। ते करतार जी तुहानू मिले ने 55 पॉइंट्स। मैं नहीं जानना चाहती कंच दस ਮੇਰਾ ਐਕਚੁਅਲੀ ਇੱਕ ਸਵਾਲ ਸਹੀ ਸੀਗਾ, ਪੁਰਾਣੀਆਂ ਫਿਲਮਾਂ ਦਾ ਸੀ, ਤੁਸੀਂ ਕਾਊਂਟ ਨਹੀਂ ਕੀਤਾ ਹੈਗਾ ਕਿਹੜਾ, ਜਿਹੜਾ ਉਹ ਮੈਂ ਨੀਅਤ ਫਿਲਮਾਂ ਕਈ ਚੀਜ਼ਾਂ ਦੱਸੀਆਂ ਸੀਗਾ, ਭਾਈ ਨੇ ਕਹਿ ਵੀ ਦਿੱਤਾ ਸੀ ਹੈਗੇ। ਥੈਂਕ ਯੂ ਯਾਰ, ਹੁੰਦਾ ਹੀ ਅੱਧਾ ਬਾਅਦ ਚ। ਸਾਡੇ ਸ਼ੋਅ ਦੇ ਵਿਨਰਸ ਨੂੰ ਇਹ ਵੀ ਮਿਲਦਾ ਹੈ ਇੱਕ ਸਰਪ੍ਰਾਈਜ਼ਿੰਗ ਗਿਫਟ ਹੈਂਪਰ, ਇਹ ਵੀ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਓਕੇ ਯਾਰ, ਤੁਸੀਂ ਪ੍ਰਮੋਟ ਕਰਕੇ ਆ ਜਾਓ ਸੀਗਾ ਨਾਲ ਖੜਾ ਮੇਰੇ ਵਰਗਾ ਜੈਲਸ ਕਰਦਾ, ਫੜਦਾ ਨਹੀਂ ਦੋਵੇਂ ਹੱਥਾਂ 'ਚ ਹੀ ਰੱਖ। ਨਹੀਂ ਨਹੀਂ ਮੈਂ ਚੱਕ ਸਕਦਾ, ਮੇਰੀ ਜਿੱਤ ਦਾ ਇਨਾਮ ਹੈ। ਖਿਡਾਰੀ ਕਦੇ ਹਾਰ ਨੀ ਮੰਨਦੇ, ਹਾਰ ਜਿੱਤ ਬਣੀ ਰਹਿੰਦੀ ਹੈ, ਜਿੱਤ ਲਈ ਅਗਲੀ ਵਾਰ ਟਰਾਈ। ਗੁਰਨਾਮ ਤੁਸੀਂ ਗੇਮ ਖੇਡਦੇ ਆਇਆ, ਉਦੋਂ ਕੌਣ ਜਿੱਤਿਆ ਸੀ? ਉਦੋਂ ਤਾਂ ਮੈਂ ਪਹਿਲੀ ਵਾਰੀ ਸੀ, ਦੱਸੋ ਮੈਨੂੰ। ਕਰਤਾਰ ਜੀ ਤੁਹਾਨੂੰ ਕਿਵੇਂ ਲੱਗਾ ਗੇਮ ਖੇਡ ਕੇ? ਮੇਰੇ ਵੱਲੋਂ ਆਪਣੇ ਹੁਣ ਥੋੜਾ ਥੋੜਾ ਠੀਕ ਫੀਲ ਹੋ ਰਿਹਾ। ਹੈਲੋ ਸਰਬੀ, ਥੈਂਕ ਯੂ ਵਾਪਸ ਦੇ ਦੇ ਇਹਨੇ ਜਿੱਦਾਂ ਕਿ ਸ਼ੋਅ ਬੰਦ ਹੋ ਰਿਹਾ ਖੋਲਣਾ ਹੈ, ਚਾਕਲੇਟ ਤਾਂ ਨਹੀਂ ਹੈਗਾ ਉਹਦੇ ਬਾਅਦ। ਹਾਂਜੀ, ਤੇ ਖਿਡਾਰੀ ਮੂਵੀ ਆ ਰਹੀ ਹੈ, ਸਾਡੀ ਫੋਟੋ ਖਿੱਚ ਦੋ ਸਾਰਿਆਂ ਦੀ, ਖਿਡਾਰੀ ਮੂਵੀ ਆ ਰਹੀ ਹੈ 9 ਫਰਵਰੀ ਨੂੰ, ਤੇ ਸਾਰੇ ਜਣੇ ਹੁਮ ਹੁਮਾ ਕੇ ਪਹੁੰਚੋ। ਯੈਸ, ਕੀ ਮਤਲਬ ਮੈਂ ਐਂ ਕਰਕੇ ਹੁਮ ਹੁਮਾ ਕੇ ਪਹੁੰਚੋ ਯਾਰਾ ਦੋਸਤਾਂ ਨੂੰ ਲੈ ਕੇ, ਕਰੀ ਹੁਮ ਹੁਮਾ ਕੇ ਦੱਸੋ, ਹੁਮ ਹੁਮਾ ਕੇ ਨਾਲ ਕਿ ਤੁਹਾਨੂੰ ਸਾਰਿਆਂ ਨੂੰ ਵੀ ਅੱਜ ਦਾ ਇਹ ਸ਼ੋਅ ਬਹੁਤ ਪਸੰਦ ਆਇਆ ਹੋਵੇਗਾ। ਮੈਂ ਤਾਂ ਪਰਸਨਲੀ ਬਹੁਤ ਮਜ਼ਾ ਕੀਤਾ ਇਹਨਾਂ ਦੀ ਲੜਾਈ ਜੋ ਵੀ ਹੈ ਦੇਖ ਕੇ। ਤੇ ਮਿਲਦੇ ਹਾਂ ਅਗਲੇ ਸ਼ੁੱਕਰਵਾਰ ਸ਼ਾਮੀ 5 ਵਜੇ, ਟਾਈਮ ਦੀ ਗੱਲ, ਓਨਲੀ ਔਨ ਪਿਟਾਰਾ।